ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂਗੇ ਗੋਭੀ ਦੇ ਕਿੰਗ ਬਾਈ ਅਮਨਦੀਪ ਸਿੰਘ ਨਾਲ ਅਤੇ ਲੈਂਦੇ ਹਾਂ ਗੋਭੀ ਬਾਰੇ ਜਾਣਕਾਰੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਮੈਂ ਗੋਰਾ ਸਿੰਘ ਗਰੇਵਾਲ ਪਿੰਡ ਉਗਰਾਹ ਹਾਂ ਜੀ। ਅੱਜ ਤੁਹਾਨੂੰ ਮਿਲਾਉਂਦੇ ਹਾਂ ਜੀ ਗੋਭੀ ਦੇ ਕਿੰਗ ਨਾਲ ਬਾਈ ਅਮਨਦੀਪ ਸਿੰਘ ਪਿੰਡ ਕੋਠੜਾ ਲੇਲ ਬਾਈ। ਸਤਿ ਸ਼੍ਰੀ ਅਕਾਲ। ਹਾਂਜੀ ਅਮਨਦੀਪ ਸਿੰਘ, ਕਿਹੜੀਆਂ ਕਿਹੜੀਆਂ ਮੰਡੀਆਂ ਅਟੈਂਡ ਕਰਦੇ ਹੋ ਜੀ ਤੁਸੀਂ? ਅਸੀਂ ਵੀਰੇ ਲਹਿਰਾ ਹੋ ਗਿਆ ਅਤੇ ਜ਼ਿਆਦਾ ਟਹਾਣਾ, ਜਦੋਂ ਜ਼ਿਆਦਾ ਥੋਕ ਦਾ ਕੰਮ ਹੋਇਆ ਵੱਡੀ ਮੰਡੀ ਕਰਨੀ ਪੈਂਦੀ ਤਾਂ ਟਹਾਣਾ, ਸਨਾਮ, ਜਾਖਲ, ਬਲਾਡੇ ਵੀ। ਹਾਂਜੀ, ਅਤੇ ਹੁਣ ਗੋਭੀ ਸਟਾਰਟ ਹੈ ਚੱਲਣ? ਹਾਂ ਵੀਰੇ ਚੱਲ ਪਈ, ਕੱਛ ਜੀ ਲਾਈ ਹੋਈ ਤੀ, ਕਟਾਈ ਕਰ ਰਿਹਾ ਹਾਂ। ਅੱਛਾ ਅੱਛਾ ਜੀ, ਠੀਕ ਹੈ। ਹੁਣ ਆਪਣੇ ਕੋਲ ਕਿੱਲਾ ਸਟਾਰਟ ਹੈ, ਕਿੱਲੇ 5 ਕਿੱਲੇ ਲੱਗੇ ਨੇ, 2 ਬੰਦ ਅਤੇ 3 ਪੌਣੇ। ਠੀਕ ਹੈ। ਅਤੇ ਜਿੱਥੇ ਤੱਕ ਮੈਂ ਇਹਨਾਂ ਨੂੰ ਜਾਣਦਾ, ਇਹ ਗੋਭੀ ਦੇ ਕਿੰਗ ਇਹਨਾਂ ਨੂੰ ਕਿਉਂ ਕਿਹਾ? ਕਿਉਂਕਿ ਜਦੋਂ ਵੀ ਜਿਹੜੀ ਮੰਡੀ ਜਾ ਕੇ ਖੜ੍ਹ ਜਾਂਦੇ ਨੇ ਉੱਥੇ, ਐਂ ਸਮਝੋ ਸਭ ਤੋਂ ਪਹਿਲਾਂ ਇਹਨਾਂ ਦੀ ਗੋਭੀ ਵਿਕਦੀ ਹੈ। ਆਹ ਤੁਸੀਂ ਗੋਭੀ ਦਾ ਕੱਦ ਵੀ ਦੇਖ ਲਓ ਅਤੇ ਫੁੱਲ ਵੀ ਤੁਹਾਨੂੰ ਦਿਖਾ ਦਿੰਦੇ ਹਾਂ, ਦੇਖੋ। ਅਤੇ ਬਾਕੀ ਬਾਈ ਜੀ ਹੁਣ ਕੀ ਘਾਟ ਘੂਟ ਕੀ ਲੱਗ ਰਹੀ ਹੈ ਤੁਹਾਨੂੰ ਇਹਦੇ 'ਚ? ਹਾਲੇ ਤਾਂ ਵੀਰੇ ਕੁਛ ਨਹੀਂ, ਪੂਰਾ ਵਧੀਆ ਚੱਲ ਰਿਹਾ ਕੰਮ, ਐਨ ਵਧੀਆ ਗੋਭੀ ਪਲੀ ਹੋਈ ਆ ਸਾਰਾ ਕੁਛ। ਜੇ ਕੋਈ ਘਾਟ ਵਾਧਾ ਆਉਂਦੀ ਆ ਤੁਹਾਡੇ ਤੋਂ ਪੁੱਛ ਲੈਂਦੇ ਹਾਂ, ਥੋੜ੍ਹਾ ਸਹਿਯੋਗ ਹੈਗਾ, ਜਿਵੇਂ ਵੀ ਗਾਈਡਿੰਗ ਕਰਦੇ ਰਹਿੰਦੇ ਹੋ, ਸਾਨੂੰ ਪਨੀਰੀਆਂ ਵੀ ਦੇ ਦਿੰਦੇ ਹੋ ਸਾਨੂੰ ਟਾਈਮ 'ਤੇ, ਸਮੇਂ ਸਿਰ। ਕੋਈ ਬਿਮਾਰੀ ਆਉਂਦੀ ਉਹਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਦੇਖੋ ਰਹਿੰਦੇ ਹੋ, ਬਾਕੀ ਉਹ ਵੀ ਬਿਨ ਦੱਸੇ ਵੀ ਪੁੱਛਦੇ ਰਹਿੰਦੇ ਹੋ ਵੀ ਕੀ ਪ੍ਰੋਗਰਾਮ ਆ, ਹਾਂਜੀ ਹਾਂਜੀ, ਵੀ ਠੀਕ ਕੰਮ ਕਾਰ ਚੱਲ ਰਿਹਾ, ਥੋੜ੍ਹਾ ਸਾਥ ਬਹੁਤ ਹੈ। ਹਾਂਜੀ ਠੀਕ ਜੀ, ਧੰਨਵਾਦ। ਅਤੇ ਬਾਕੀ ਜਿਹੜੀ ਹੁਣ ਕਿਸਾਨ ਵੀਰਾਂ ਨੂੰ ਦੀ ਜਾਣਕਾਰੀ ਵਾਸਤੇ ਆਪਾਂ ਦੱਸ ਦਈਏ ਕਿ ਹੁਣ ਇਹਨੂੰ ਕੋਈ ਬਿਮਾਰੀ ਨਹੀਂ ਹੈਗੀ, ਜਿਸ ਤਰ੍ਹਾਂ ਆ ਹੁਣ ਹਲੇ ਕਟਿੰਗ ਸ਼ੁਰੂ ਹੋਈ ਹੈ ਹਲੇ, ਹੈ ਨਾ? ਇੱਕ ਵਾਰੀ ਕੱਟ ਲਈ ਆਪਾਂ? ਹਾਂ, 2 ਵਾਰੀ ਕੱਟ ਲਈ। 2 ਵਾਰੀ, ਜਦੋਂ ਪਹਿਲੀ ਕਟਾਈ ਹੋ ਜੇ ਤਾਂ ਉਸ ਸਮੇਂ ਇਹਨੂੰ ਬੋਰਨ ਦੀ ਲੋੜ ਪੈਂਦੀ ਹੈ, ਬੋਰਨ ਦੀ ਘਾਟ ਗੋਭੀ ਨੂੰ ਬਹੁਤ ਆਉਂਦੀ ਹੈ, ਤਾਂ 30 ਗ੍ਰਾਮ ਢੋਲੀ ਦੀ ਪਾ ਕੇ ਆਪਾਂ ਬੋਰਨ ਦੀ ਸਪਰੇਅ ਦੇਣੀ ਹੈ ਜੀ ਇਹਨੂੰ, ਅਤੇ 3 ਕੁ ਸਪਰੇਹਾਂ ਜਿਹੜੀਆਂ ਬੋਰਨ ਦੀਆਂ ਦੇ ਦਿਆ ਕਰੋ, ਅਤੇ ਬਾਕੀ ਹੁਣ ਕੋਈ ਜ਼ਹਿਰ ਕਰਨ ਦੀ ਲੋੜ ਨਹੀਂ ਹੈਗੀ, ਅਤੇ ਨਾ ਤਾਂ ਹੁਣ ਇੰਨੀ ਕੋਈ ਫੰਗੀ ਸਾਈਡ ਦੀ ਲੋੜ ਪੈਣੀ ਕਿਉਂਕਿ ਮੌਸਮ ਠੰਡਾ ਹੋ ਗਿਆ, ਨਾ ਹੀ ਕੋਈ ਸੁੰਡੀ ਵਗੈਰਾ ਆਉਣੀ ਹੈ, ਨਾ ਹੀ ਕੋਈ ਤੇਲ ਆਉਣਾ। ਅਤੇ ਬਾਕੀ ਥੋੜ੍ਹਾ ਤੁਸੀਂ ਹੋਰ ਦੱਸੋ ਗੋਭੀ ਬਾਰੇ। ਗੋਭੀ ਬਾਰੇ ਤਾਂ ਵੀਰੇ ਹੁਣ ਲਾਈ ਜਾਂਦੇ, ਹੁਣ ਜਿਵੇਂ ਬੰਦ ਲਾਈ ਆ, ਹਾਂਜੀ, ਬੰਦ ਦੇ ਵਿੱਚ ਬੰਦ ਦੇ ਇੱਕ ਸਾਈਡ ਮੈਂ ਬੰਦ ਗੋਭੀ ਲਾ ਰਿਹਾ, ਹਾਂਜੀ, ਸੁਨੇ ਲਵਾਈ ਦੀ ਪਨੀਰੀ ਮੈਂ ਬੀਜੀ ਦੀ, ਹਾਂਜੀ, ਸਜੈਂਟਾ ਦੀ, ਹਾਂਜੀ, ਉਹਦੇ ਵਿੱਚ ਦੂਜੀ ਸਾਈਡ ਮੈਂ ਬਤਾਊ ਲਾ ਰਿਹਾ। ਅੱਛਾ ਜੀ, ਉਹਦਾ ਪ੍ਰੋਫਿਟ ਵੀ ਵਧੀਆ ਹੋ ਜਾਂਦਾ। ਪਹਿਲਾਂ ਗੋਭੀ ਦੀ ਕਟਾਈ ਸ਼ੁਰੂ ਹੋ ਜਾਂਦੀ ਆ, ਜਦੋਂ ਗੋਭੀ ਖਤਮ ਹੁੰਦੀ ਆ ਗਾਹਾਂ ਜਾ ਕੇ ਫਰਵਰੀ ਦੇ ਐਂਡ 'ਚ ਜਾ ਕੇ ਬਤਾਊ ਨੂੰ ਗੁੱਡ ਕੇ ਮਿੱਟੀ ਚੜ ਜਾਂਦੀ, ਮਾਰਚ 'ਚ ਉਹ ਚੱਲ ਪਾਉਂਦਾ, ਉਹਦੇ ਵਿੱਚ ਬਹੁਤ ਵਧੀਆ ਮੁਨਾਫਾ। ਇਹ ਤਜਰਬਾ ਤੁਸੀਂ ਪਿਛਲੀ ਵਾਰ ਕੀਤਾ ਹੈ ਨਾ? ਹਾਂ, ਪਿਛਲੀ ਵਾਰ ਮੈਂ ਫੁੱਲ 'ਚ ਵੀ ਲਾ ਕੇ ਦੇਖੀ ਆ ਅਤੇ ਬੰਦ 'ਚ ਵੀ ਲਾ ਕੇ ਦੇਖੀ। ਅੱਛਾ ਅੱਛਾ, ਦੋਨਾਂ 'ਚ ਮੈਨੂੰ ਬਹੁਤ ਜ਼ਿਆਦਾ ਇਹਦਾ ਬੈਨੀਫਿਟ ਹੁੰਦਾ। ਠੰਡ ਦੇ ਟਾਈਮ ਤਾਂ ਰੁਕਦਾ ਹੀ ਹੋਣਾ ਥੋੜ੍ਹਾ ਜਿਹਾ? ਨਹੀਂ, ਕੋਈ ਫਰਕ ਨਹੀਂ ਪੈਂਦਾ ਉਸ ਟਾਈਮ 'ਤੇ, ਗੋਭੀ ਦਾ ਪੱਤਾ ਵੱਡਾ ਹੁੰਦਾ। ਅੱਛਾ ਅੱਛਾ, ਇਹਨੂੰ ਕੋਰਾ ਦੇ ਮਾਰਚ ਨਹੀਂ ਆਉਣਾ, ਕੋਰੇ ਦੇ ਮਾਰਚ ਨਹੀਂ ਆਉਣਾ। ਠੀਕ ਹੈ ਜੀ। ਬਾਈ ਦੇ ਇੱਕ ਸਾਈਡ ਬਤਾਊ ਲੱਗੇ ਹੋਏ ਨੇ ਬੈਂਗਣੀ ਅਤੇ ਇੱਕ ਸਾਈਡ ਪੱਤ ਗੋਭੀ ਲੱਗੀ ਹੋਈ ਹੈ। ਇਹ ਬਾਈ ਦਾ ਆਪਦਾ ਤਜਰਬਾ ਹੈਗਾ ਅਤੇ ਵਧੀਆ ਇਹ 'ਚੋਂ ਇਹਨਾਂ ਨੇ ਆਮਦਨ ਕੀਤੀ ਹੈ, ਕਿਉਂਕਿ ਪੱਤ ਗੋਭੀ ਹੈ ਜਿਹੜੀ ਉਹ ਪਹਿਲਾਂ ਖਤਮ ਹੋ ਜਾਣੀ ਹੈ ਅਤੇ ਬਤਾਊ ਹੈ ਜਿਹੜੇ ਉਹ ਫਰਵਰੀ ਦੇ ਵਿੱਚ ਇਹਨਾਂ ਦੇ ਚੱਲ ਪੈਣੇ ਨੇ। ਅਤੇ ਬਾਕੀ ਕਿਸਾਨ ਵੀਰਾਂ ਦੀ ਜਾਣਕਾਰੀ ਵਾਸਤੇ ਦੱਸ ਦਈਏ, ਅਤੇ ਜ਼ਿਆਦਾ ਹੁਣ ਸਿਆਲ ਦੇ ਵਿੱਚ ਕੋਈ ਜ਼ਿਆਦਾ ਫੰਗਸ ਨਹੀਂ ਆਉਂਦੀ ਹੁੰਦੀ, ਜ਼ਿਆਦਾ ਫੰਗੀ ਸਾਈਡ ਜਿਹੜੇ ਕੈਮੀਕਲ ਨੇ ਉਹ ਵਰਤਣ ਦੀ ਜ਼ਿਆਦਾ ਲੋੜ ਨਹੀਂ ਹੈਗੀ। ਹੁਣ ਕਿਸੇ ਵੀ ਕੰਪਨੀ ਦਾ ਤੁਸੀਂ ਟਰਕੋ ਟਰਮਾ, ਸੁਡੋ ਮਨਾਸ, ਇਹ ਲੈ ਕੇ 100-100 ਗ੍ਰਾਮ ਪਾ ਕੇ ਇਹਦੀ ਡ੍ਰਿੰਚਿੰਗ ਜਾਂ ਇਹਦੀ ਸਪਰੇਅ ਕਰ ਸਕਦੇ ਹੋ, ਕਿਉਂਕਿ ਇਹ ਔਰਗੈਨਿਕ ਦੇ ਵਿੱਚ ਹੀ ਹੁੰਦਾ। ਅਤੇ ਇਹ ਜਿਹੜੀ ਇਹ ਫੰਗਸ ਨੂੰ ਖਾਣ ਵਾਲੀਆਂ ਦਵਾਈਆਂ ਨੇਗੀਆਂ, ਇਹ ਲੰਬਾ ਸਮਾਂ ਇਹਨਾਂ ਦਾ ਅਸਰ ਰਹਿੰਦਾ ਹੈ। ਜੇ ਆਪਾਂ ਕੈਮੀਕਲ ਕਰਦੇ ਹਾਂ ਤਾਂ ਉਹਦਾ ਵੱਧ ਤੋਂ ਵੱਧ ਹਫ਼ਤਾ 10 ਦਿਨ ਉਹਦਾ ਅਸਰ ਰਹਿੰਦਾ। ਠੀਕ ਹੈ ਜੀ, ਧੰਨਵਾਦ।